ਸਵਾਣੀ ਦੇ ਰਿਸ਼ਤੇਦਾਰ ਆਏ ਤਾਂ ਤੂੰ 10,000 ਨੂੰ ਫੇਰਾ ਤੇ ਦਿੱਤਾ ਹੈ, ਤੇ ਜੇ ਘਰ ਵਾਲੇ ਦਾ ਮਾਂ ਪਿਓ ਆ ਵਣੇ ਤੇ ਮੁੜ ਕਰਮਾ ਲਈ ਉਹਦੇ ਆਮਣ ਤੂੰ ਪਹਿਲੂ ਬੋਛਣ ਨਾਲ ਸਿਰ ਬਣ। ਇੱਥੋਂ ਜ਼ਰਾ ਗੌਰ ਚ ਕਰੇ ਆ, ਰਨ ਮੁਰੀਦ ਆ ਕਦੇ ਮਾਂ ਨੂੰ ਹੀ ਰਾਜ਼ੀ ਕਰ, ਗੱਤੇ ਆਈ ਰਨ ਰਾਜ਼ੀ ਕਰ। ਸੁਭਾਨ ਵਹਿੰਦੇ ਹੋ ਜਾਂ ਬਾਂਦੇ ਹੋ। ਹਾਂ ਮੈਂ ਹਦੀਸ, ਨਾਸ਼ਤਾ ਲੇਟ ਹੋ ਗਿਆ ਤੇ ਤੱਲੋ ਲੈ ਕੇ ਸਵਾਣੀ ਦੀਆਂ ਪਸਲੀਆਂ ਬੰਨੀ ਬੈਠਾ, ਮੈਂ ਤਰੀਕ ਤੇ ਜਾਵਣਾ ਤੇ ਲੇਟ ਚ ਕੀਤਾ ਹੀ, ਅੱਗੋਂ ਆਵਾਜ਼ ਪਾ ਗਈ ਤੇ ਮੈਂ ਤਾਂ ਮੁੜ ਰੱਜ ਗਈ, ਮੇਰਾ ਤਾਂ ਕੇਸ ਗਲਤ ਹੋ ਗਿਆ, ਮੈਂ ਦਫ਼ਤਰੇ ਜਾਵਣਾ ਤੇ ਹੁਣ ਇਨਕੁਆਰੀ ਹੋਣੀ। ਉਹ ਕਿਉਂ ਲੇਟ ਕੀਤਾ ਹੀ ਨਾਸ਼ਤਾ? ਉਹ ਕਦੀ ਇਹ ਹੀ ਪੁੱਛਿਆ ਹੀ ਜੂ ਨਾਸ਼ਤਾ ਚਾਹੀ ਅਮਨੀ ਫਜਰ ਦੀ ਨਿਮਾਜ਼ ਹੀ ਪੜੀ ਆਵਾਂ ਪਹਿਣਾ ਤੇ ਵਾਂਝ ਕੇ ਪਾਬੰਦੀ ਲਾ ਬਚਿਸ਼ਤੀ ਆ ਗਿਆ, ਫਜਰ ਦੀ ਨਿਮਾਜ਼ ਪੜ੍ਹ ਕੇ ਆਟਾ ਗੁੰਨਣਾ, ਕੁਰਾਨ ਦੀ ਤਿਲਾਵਤ ਕਰਕੇ ਰੋਟੀ ਪਕਾਉਣੀ, ਦਰੂਦ ਪਾਕ ਪੜ੍ਹ ਕੇ ਦਸਤਰਖਾਨ ਤੇ ਖਾਣਾ ਲਾਉਣਾ, ਜੇ ਔਲਾਦ ਤੇਰੇ ਕਦਮ ਨਾ ਚੁੰਮੇ ਚਿਸ਼ਤੀ ਦਾ ਨਾਮ ਵਟਾ। ਮਾਂ ਦੀ ਕਬਰ ਤੇ ਵਾਂਝ ਕੇ ਤੇ ਪੁੱਤਰ 12ਵੀਂ ਦੀ ਅੰਗਰੇਜ਼ੀ ਦੀ ਕਿਤਾਬ ਪੜ੍ਹੇ, ਨਾਲ ਆਖੇ ਅੰਮਾ ਮੈਂ ਤੈਨੂੰ ਐਫ ਦੀ ਇੰਗਲਿਸ਼ ਦੀ ਕਿਤਾਬ ਬਖਸ਼ੀ, ਬਖਸ਼ੀ ਪੋਸੀ ਕੋਈ ਨਾ। ਤੇ ਜੇ ਇਹਦੇ ਬਰਅਕਸ 8-9 ਸਾਲ ਦਾ ਬੱਚਾ ਤੋਤਲੀ ਜ਼ੁਬਾਨ ਨਾਲ ਬਿਸਮਿਲ੍ਲਾ ਚ ਪੜ੍ਹੇ, ਬੇਨਿਆਲ ਫਰਮਾਂਦਾ ਇਨਹੁ ਮਿਨ ਸੁਲੈਮਾਨ ਵਇਨਹੁ ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਅੱਲਾ ਫਰਮਾਂਦਾ ਉਸੀ ਪਿਆਰੇ ਫਰਿਸ਼ਤਿਓ, ਮੇਰੀ ਬੰਦੀ ਨੂੰ ਤੁਸੀਂ ਅਜ਼ਾਬ ਦੇ ਰਹੇ, ਮੈਂ ਤੁਹਾਨੂੰ ਕੁਝ ਨਹੀਂ ਆਖਿਆ, ਅੱਜ ਇਹਦਾ ਪੁੱਤਰ ਮੈਨੂੰ ਰਹਿਮਾਨ ਰਹੀਮ ਆਖੇ, ਮੈਂ ਅਜ਼ਾਬ ਦੇਵਾਂ, ਮੇਰੀ ਰਹਿਮਤ ਗਵਾਰਾ। ਸੁਭਾਨ ਅੱਲਾ ਸੁਭਾਨ ਅੱਲਾ। ਉਹ ਚਿਸ਼ਤੀ ਕੇ ਲਾਣਾ ਹੀ ਮਖਾ ਲਾਣਾ ਲੂਣਾ ਕੋਈ ਨੀ, ਮੂੰਹ ਖੈਰਾਤ ਮੰਗੂ, ਉਹ ਕੇ ਮੰਗਣਾ ਹੈ? ਮਖਾ ਬਾਲ ਬੋਲਣ ਲੱਗੇ, ਉਹਨੂੰ ਆਖ ਬੇਟਾ ਅਲੀਫ ਅੱਲਾ, ਬੇ ਬੰਦਾ, ਮੀਮ ਮੁਹੰਮਦ, ਕਾਫ ਕੁਰਾਨ, ਛੋਟਾ ਕਾਫ ਕਾਬਾ, ਮੀਮ ਮਦੀਨਾ ਮੁਨੱਵਰਾ। ਬਾਲ ਨੂੰ ਪਤਾ ਲੱਗੇ ਮੈਂ ਕਾਫਿਰ ਦੇ ਘਰ ਨਹੀਂ ਜੰਮਿਆ, ਨਬੀ ਦੇ ਗੁਲਾਮਾਂ ਦੇ ਘਰ। ਨਾਰਾ ਤਕਬੀਰ, ਨਾਰਾ ਰਿਸਾਲਾ।